वेखो जरा रब दियां नेमतां मेरे कोल ने, इन्हां नूं असीं कहांगे कि कोई गलबात करन, मैनूं लगदा नहीं। ए ते मेरे कोल खलोता जहाज, ठीक है, क्यों भाई खाली मेरे नाल धमाला पाण लिया की हाल है? जहाज नहीं तुसीं कहना मेम जी, क्यों क्यों फिर मैनूं तुसीं कहना है एरोप्लेन। अच्छा एरोप्लेन, मैं अगे ही अपने घर तो बड़ा तंग होया जी। ए मेरी बुढ़ी है, यकीन करो जदों दी मैं इहदे नाल शादी कीती है ना, मेरा ते बेड़ा गर्क हो गया है। क्यों की आंदी तुहानू? वो बदतमीजी करती है, मैनू कहती है कि तू सारे घर के काम कुम करिया कर, मैं हुण नशा करा या भांडे धोवा, मैनू दसो। माशाल्लाह मरहूम वालदैन। मैं तीन भरा ने जी, एडे एडे मैं ते तेनू जम के पछताउंदा, तीन भरा ने, तिने ही एडे एडे जमे इन्हे। एक दिन तिने ही बैठ के गली दे विच ताश खेलन दे, उते कोई नाई आया ते देख रख के निकल गया। चूसनी दे मुंह वाले यार, प्यार करिया कर अपनी बुड्ढी नूं, अल्लाह ने तैनूं दित्ती है इन्नी सोहणी औलाद दित्ती अल्लाह ने तैनूं, माशाल्लाह। ए नहीं करदा बड़ा मर जाणा हैगा, ए नहीं करदा मेरे नाल प्यार, कसम रब दी मेरे नाल धोखे लम्मे करो कोई अपने। मैं ਮਾਈ ਮੁੰਡਾ ਬਣੀ ਫਿਰ ਰਹੇ ਤੁਸੀਂ, ਵਾਲ ਜਾਂ ਲੰਮੇ ਕਰੋ ਤੁਸੀਂ, ਬੁਆਏ ਕੱਟ ਕਰਾਇਆ? ਨਹੀਂ ਵਾਲ ਮੈਂ ਜਦੋਂ ਲੰਮੇ ਕਰਨੀ ਮਰ ਜਾਣਾ ਤੋੜ ਦਿੰਦਾ ਮੇਰੇ ਵਾਲ, ਫੁੱਟ ਦਿੰਦਾ। ਮੈਂ ਨਹੀਂ ਤੋੜਦਾ ਜੀ, ਇਹ ਆਪੇ ਫੜੀ ਜਾਂਦੀ, ਉਹ ਕੱਟ ਦਿੰਦੇ ਨੇ। ਆ ਤੇ ਮੇਰਾ ਅੱਬਾ ਵੇਖ ਲਓ, ਅੱਬਾ ਜੀ ਜ਼ੋਰ ਨਾਲ ਨਹੀਂ ਬੋਲਣਾ, ਵੀ ਧਾਗੇ ਤੇ ਧਾਗਾ ਚੜ ਜਾਏਗਾ। ਗੱਲ ਸੁਣ, ਮੇਰੇ ਨਾਲ ਬਦਤਮੀਜ਼ੀ ਨਾ ਕਰਿਆ ਕਰ, ਤੈਨੂੰ ਨਹੀਂ ਜੁਗਤ ਲਾਓ, ਇਹਨੂੰ ਜੁਗਤ ਲਾਓ, ਆਪਣੇ ਪੁੱਤਰ ਨੂੰ ਜੁਗਤ ਲਾਓ ਅੱਜ। ਆ ਵੇਖੋ ਜੀ, ਕਿਹੜੀ ਇੱਕ ਦਿਨ ਅੱਧੀ ਰਾਤ ਨੂੰ ਮੈਨੂੰ 2:30 ਵਜੇ ਇਹਨੇ ਫੋਨ ਕੀਤਾ, ਮੈਨੂੰ ਆ ਕੇ ਕਹਿੰਦਾ ਅੱਬਾ ਜੀ ਮੈਨੂੰ ਬਚਾ ਲਓ, ਆ ਕੇ ਮੈਂ ਡੁੱਬ ਚੱਲਾਂ, ਮੈਂ ਡੁੱਬ ਚੱਲਾਂ। ਮੈਂ ਘਰ ਆਇਆ ਤੇ ਏਡੀ ਕੁ ਬਾਲਟੀ ਉਹਦੇ ਵਿੱਚ ਫਸਿਆ ਹੋਇਆ, ਮੇਰੇ ਬਿਨਾਂ ਕਸਮ ਚੁੱਕੀ ਤਾਂ ਖਲੀਆਂ ਪੈ ਗਈਆਂ ਹੈ ਜੀ, ਪੈ ਗਈਆਂ ਸਨ। ਮੈਨੂੰ ਤੇ ਤੇਰੇ ਤੇ ਗੁੱਸਾ ਹੀ ਬੜਾ ਹੈ। ਕੱਲ ਮੈਂ ਸੁਬਹਾ ਸੁਬਹਾ ਇਹਨੂੰ ਕਿਹਾ, ਮੈਂ ਕਿਹਾ ਚਾਹ ਦੁੱਧ ਲੈ ਕੇ ਆ, ਕਿਲੋ ਜ਼ਰਾ ਘਰ ਵਾਸਤੇ ਚਾਹ ਸ਼ਾਹ ਨਾਸ਼ਤਾ ਬਣਾਈਏ, ਇਹ ਕੜਾਈ ਦੇ ਥੱਲੋਂ ਫਿਰ ਕੇ ਆ ਗਿਆ, ਕਹਿੰਦਾ ਦੁਕਾਨ ਬੰਦ ਏ। ਜਲੇਬੀਆਂ ਲੈਣ ਗਿਆ ਤੇ ਨਾਮ ਭੁੱਲ ਗਿਆ ਉਹਨੂੰ, ਕਹਿੰਦਾ ਭਾਅ ਜੀ ਉਹ ਮਿੱਠੇ ਗੁੰਝਲ ਦੇਣਾ। ਉਹ ਤਾਂ ਹੁੰਦੇ ਹੀ ਮਿੱਠੇ ਗੁੰਝਲ, ਲੇਕਿਨ ਹੁੰਦੇ ਨੇ, ਮੈਂ ਮੰਨ ਲਿਆ। ਇੱਥੇ ਮੈਨੂੰ ਆਪ ਮੇਮ ਜੀ ਬੜਾ ਗੁੱਸਾ ਏ, ਇਹ ਚੁੱਪ ਰਹਿੰਦੀ ਬੁੱਢੀ। ਹਾਂ ਨਹੀਂ, ਇਹ ਅਸਲ ਦੇ ਵਿੱਚ ਦੇਖਣ ਦੀ ਇਹਨਾਂ 'ਚ ਕਿੰਨਾ ਕੁ ਗੁੱਸਾ ਹੈਗਾ, ਇੱਕ ਦਫਾ ਕੱਟ ਹੀ ਲੈਣਾ ਗੁੱਸਾ, ਮਰ ਜਾਣੇ ਆ, ਚਿੜੀ ਦਾ ਠੂੰਗੇ ਵਰਗਾ ਮੂੰਹ ਇਹਦੇ ਦਾ। ਚੰਗਾ ਭਲਾ ਵਾ, ਮੈਂ ਚੰਗਾ ਭਲਾ ਸ਼ਾਹਰੁਖ ਖਾਨ ਸਾਂ, ਜਦੋਂ ਦਾ ਤੇਰੇ ਨਾਲ ਵਿਆਹ ਕੀਤਾ ਉਦੋਂ ਦਾ ਪੀਕਦਾਨ ਬਣ ਗਿਆ ਮੈਂ। ਕੈਂਚੀ ਜੁੱਤੀ ਚੰਗੀ ਤਰ੍ਹਾਂ ਕੱਸ ਜਾਵੇ ਨਾ ਤਾਂ ਤੇਰੇ ਵਰਗੀ ਹੋ ਜਾਂਦੀ। ਹਾਂ ਤੇ ਜਿਹੜੀ ਚੜੇਲ ਚੰਗੀ ਤਰ੍ਹਾਂ ਚੜੇਲ ਬਣ ਜਾਏ ਨਾ, ਉਹ ਤੇਰੇ ਵਰਗੀ ਹੋ ਜਾਂਦੀ। ਇਹਦੀ ਮਾਂ ਤਾਂ ਮੈਨੂੰ ਬੜਾ ਗੁੱਸਾ ਹੈ ਜੀ, ਇਹਦੀ ਮਾਂ ਨੇ ਮੈਨੂੰ ਕਿਹਾ ਸੀ ਇਹਦੇ ਨਾਲ ਵਿਆਹ ਕਰ ਲਾ, ਤੇਰੇ ਘਰ ਦੇ ਵਿੱਚ ਚਾਨਣ ਹੋ ਜਾਏਗਾ। ਇਹਨੇ ਪਹਿਲਾ ਕਦਮ ਹੀ ਰੱਖਿਆ ਤੇ ਸਾਡਾ ਮੀਟਰ ਕੱਟਿਆ ਗਿਆ। ਇਹਨੂੰ ਭਾਈ ਨੂੰ ਜੀ ਜਿੰਨ ਚ ਮਿਲ ਗਏ, ਇਹਦਾ ਜਿੰਨ ਬਾਬੇ ਨੂੰ ਜਾ ਕੇ ਕਹਿੰਦਾ ਭਾਅ ਜੀ ਮੈਨੂੰ ਇਹਦੇ ਚੋਂ ਕੱਢ ਲਓ, ਇਹ ਤਾਂ ਸਾਰਾ ਸਾਰਾ ਦਿਨ ਕੁਝ ਖਾਂਦਾ ਹੀ ਨਹੀਂ, ਆਪਾਂ ਯਾਰ ਹੀ ਰਹਿਣਾ। ਮੈਂ ਇਹ ਵੀ ਨਹੀਂ ਕਹਿ ਸਕਦਾ ਸੁਜੀ ਕੂਣੀ ਵਰਗਾ, ਐਡਾ ਲਿਸਾ ਮੇਰੇ ਮੱਥੇ ਲੱਗ ਗਿਆ, ਮਰ ਜਾਣਾ ਇਹਨਾਂ ਨੂੰ ਚੋੜ ਕੇ ਕਿੰਨੀ ਦਫਾ ਸੁੱਕਣੇ ਪਾਇਆ, ਮਰ ਜਾਣਾ ਇੰਜਣ ਕਰਕੇ ਲੱਗ ਜਾਂਦਾ। ਕਿੰਨੇ ਨੇ ਕਰਕੇ ਇੱਕ ਵਾਰੀ ਹੋਰ 5 ਰੁਪਏ ਦਾ ਹੋਰ ਤਲਾਸ਼ੀ ਲੈ ਕੇ ਮਰ ਜਾਣਾ ਕੱਢ ਲੈਂਦਾ, ਪਰ ਏਡਾ ਕੁ ਮਾੜਾ ਹੈ ਮੈਨੂੰ ਪਤਾ ਵੀ ਨਹੀਂ ਲੱਗਦਾ, ਮਰ ਜਾਣਾ ਤਲਾਸ਼ੀ ਲੈ ਕੇ ਨਿਕਲ ਜਾਂਦਾ। ਮਾਪੇ ਹੁੰਦੇ ਨੇ ਮੇਰੇ ਜੂਜ ਮਜੂਜ ਨੇ, ਇਹਦਾ ਮੈਂ ਵਿਆਹ ਕੀਤਾ ਤੇ ਰਬੜ ਪਾ ਲਿਆ, ਉਹ ਦੁੱਧ ਪਿਆਉਣ ਵਾਲੀਆਂ ਆਈਆਂ ਉਹਨਾਂ ਨਾਲ ਰਲ ਪਿਆ, ਕਹਿੰਦਾ ਮੈਨੂੰ ਤਾਂ ਨਿੱਪ ਲਾ ਕੇ ਦਿਓ।